ਹੁਣ ਅਸਾਂ ਲੈਂਦੇ ਪਏ ਅੱਲਾਹ ਦੇ ਹੁਕਮ ਨਾਲ ਹਿੱਕ ਅਤੇ ਇਹ ਡੂ ਤਰਾਏ। ਅਸਲਾਮੁਅਲੈਕੁਮ ਵਿਵਾਰਸ, ਮੈਂ ਹਾਂ ਉਮਰ ਫਾਰੂਕ, ਤੁਸੀਂ ਦੇਖਦੇ ਪਏ ਮੇਰਾ ਯੂਟਿਊਬ ਚੈਨਲ ਉਮਰ ਆਫੀਸ਼ਲ। ਉਮੀਦ ਕਰੇ ਨਾ ਸਾਰੇ ਦੋਸਤ ਠੀਕ ਹੋ ਸੋ, ਅਤੇ ਮੈਂ ਕਿ ਅੱਜ ਦੋਸਤਾਂ ਕੋਲ ਅੱਜ ਖਿਨੈ ਨਵੀਂ ਸ਼ਾਇ ਤੁਹਾਨੂੰ ਲਿਖਿਆ ਦਾ ਪਿਆ ਮੀ ਇਹ ਲੈ ਆਮੀ ਨਿੱਬੂ। ਨਿੱਬੂ ਮਾਸ਼ਾ ਅੱਲਾ ਬਹੁਤ ਜ਼ਬਰਦਸਤ ਥਿਆ ਖੜੇ। ਇਹ ਕਿਸ਼ੇ ਇਹ ਅੰਗੂਰ ਮਾਸ਼ਾ ਅੱਲਾ, ਸਾਰੀ ਅੰਗੂਰ ਦੀ ਇਹ ਫਲ ਚੜੀ ਪਈ ਹੈ, ਉਹ ਵਹਿੰਦੀ ਪਈ ਉਹ ਤੱਕ, ਪਿੱਛੋਂ ਇਹ ਸਿਗੜੇ ਵਾਲਾ ਨਿੱਬੂ ਲੈਂਦੇ ਪਏ ਅੱਜ ਆਪਣਾ ਉਹੀਓ ਕਰਨੇ ਆ। ਇਹ ਆ ਗਈ ਹੈ ਇਹ ਗਿਨ ਹੈ ਅੱਜ ਉਹਦੇ ਕਲਮਾ, ਇਹ ਗਿਨ ਹੈ ਬਹੁਤ ਖੂਬਸੂਰਤ ਖੂਬਸੂਰਤ ਕਲਮਾ, ਅਤੇ ਲੈਣੇ ਆ ਕਲਮ ਅੱਜ ਦੂਤਰਾ ਕਲਮਾ ਗਿਨੇ ਆ। ਮੈਂ ਕਿਹਾ ਚਲੋ ਕਲਮ ਲੈਣੇ ਆ ਅੱਜ। ਇਹ ਦਿਲ ਵਾਲੀ ਬੇਲ ਇੱਕ ਸਰ ਨੇ ਦਿਲ ਵਾਲੀ ਬੇਲ, ਅੱਜ ਦਿਲ ਵਾਲੀ ਬੇਲ ਲੈਂਦੇ ਪਏ ਸਾਰੇ ਬੂਟਿਆਂ ਦਾ ਵੀ ਤੁਹਾਨੂੰ ਨਜ਼ਾਰਾ ਕਰਵੇ ਨਾ। ਇਹ ਪਿੱਛੋਂ ਖੜੇ ਤੀ ਆ ਉਹਦਾ ਸਿੰਘਣੇ ਵਾਲਾ ਨਿੱਬੂ, ਇਹ ਖੜੇ ਚੈਨ ਵਾਲਾ ਨਿੱਬੂ, ਇਹ ਅੰਗੂਰ ਹੈ, ਇਹ ਬੇਰ ਖੜੀ ਹੈ ਤਾਈ ਕਹਿਰੀ ਸਿੰਧੀ ਬੇਰ, ਸਿੰਧੀ ਬੇਰ ਉਹ ਊਂ ਅੰਗੂਰ ਦਾ ਨਾ ਉਹ ਤੱਕ ਆਉਂਦਾ ਪੀਏ ਦਿਖਾਵਾਂ ਯਾਰਾਂ ਕੋ ਦੋਸਤਾਂ ਕੋ। ਇਹ ਇੱਥੇ ਲੱਗਾ ਪੀਏ ਅਨਾਰ, ਮਾਸ਼ਾ ਅੱਲਾ ਇਹ ਵੀ ਬਹੁਤ ਸੋਹਣਾ ਥੀ ਆਖੜੇ, ਇਹ ਅਨਾਰ ਵੀ ਅਤੇ ਇਹ ਅਨਾਰ ਵੀ ਸੋਹਣਾ ਥੀ ਆਖੜੇ, ਦੇਖਦੇ ਪਏ ਵੇ ਇਹ ਅਨਾਰ ਵੀ ਮਾਸ਼ਾ ਅੱਲਾ ਬਹੁਤ ਜ਼ਬਰਦਸਤ ਥੀ ਆਖੜੇ। ਅਤੇ ਲੈਂਦੇ ਹਾਂ ਸਾਡੀ ਕੁੱਕੜ, ਕੁੱਕੜ ਦੇ ਮਸਤੀ ਦਿਖਾਵਾਂ ਇਹ ਕੁੱਕੜ, ਕੁੱਕੜ ਵਾਲੀ ਆਪਣੀ ਮਸਤੀ ਕੀਤੀ ਕਿਹੜੀ ਹੈ। ਅਸਾਂ ਆਪਣਾ ਇਹਦਾ ਟੋਇਆ ਮੋਇਆ ਮਰੇਂਦੇ ਹਾਂ, ਟੋਇਆ ਮਾਰ ਕੇ ਸਾਰਿਆਂ ਦੋਸਤਾਂ ਕੋਲ ਲਿਖਾਉਂਦੇ ਹਾਂ ਕਿ ਕਲਮ ਕਿਵੇਂ ਲਵੀਂਦੀ ਹੈ। ਅਤੇ ਜਿਤਨੇ ਵੀ ਦੋਸਤ ਸਾਡੇ ਚੈਨਲ ਦੇ ਉੱਤੇ ਨਵੇਂ ਹਨ, ਸਾਰਿਆਂ ਦੋਸਤਾਂ ਕੋਲ ਰਿਕੁਐਸਟ ਹੈ ਸਾਡੇ ਚੈਨਲ ਕੋਲ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ, ਮਿਹਰਬਾਨੀ ਦੋਸਤ। ਇਹ ਚੰਬੇਲੀ, ਚੰਬੇਲੀ ਦੇ ਬਹੁਤ ਸੋਹਣਾ ਬੂਟਾ ਸਾਡਾ ਥੀਆ ਖੜੇ, ਇਹ ਵੀ ਲੱਗੇ ਪੈਣ ਸਾਰੇ ਭਿੰਡੀਆਂ ਦੋਸਤਾਂ ਕੋਲ ਲਿਖਾਉਂਦਾ ਪਿਆ। ਇਹ ਹੈ ਪੂਦਨਾ, ਇਹ ਵੀ ਹੁਣ ਥੋੜ੍ਹਾ ਥੋੜ੍ਹਾ ਫੱਪਣਾ ਆਉਂਦੇ, ਇਸ ਦਫ਼ਾ ਜਿਹੜੀ ਸਰਦੀ ਆਈ ਹੈ ਨਾ ਅੱਲਾ ਮਾਫੀ ਦੇਵੇ। ਇਹ ਬਿਲਕੁਲ ਉਹ ਥੀਆ ਖੜੇ, ਦੇਖਦੇ ਪਵੇ ਸਾਵਾ ਤਾਂ ਹੈ, ਦੇਖ ਅੱਲਾ ਕਰੇ ਥੀ ਪਵੇ। ਅਤੇ ਇਹਨੂੰ ਹੈ ਅਮਰੂਦ, ਮਾਸ਼ਾ ਅੱਲਾ ਬਹੁਤ ਸੋਹਣਾ ਥੀਆ ਖੜੇ ਅਮਰੂਦ ਸਾਡਾ, ਇਹਦੇ ਵਿੱਚ ਵੀ ਭਿੰਡੀਆਂ ਲਾ ਰੱਖੇ ਨਾ ਮਾਉਣੀ ਹੈ, ਬਹੁਤ ਮਜ਼ੇ ਦੇ ਭਿੰਡੀਆਂ ਲੱਗੀਆਂ ਪੀਣ। ਅਤੇ ਇਹ ਹੈ ਪਰੂ, ਇਹ ਵੀ ਕੋਨੋ ਹੈ, ਕੌਣ ਸਨੱਥਾ ਸਦੇਨੇ ਹੈ, ਕਰਾਚੀ ਵਾਲਾ ਸੁਫੇਤਾ ਵੀ ਸਦੇਂਦੇ ਇੱਕ ਬੰਦਾ। ਇਹ ਫੁੱਲ ਗੁਲਾਬ ਦਾ ਫੁੱਲ, ਇਹ ਗੁਲਾਬ ਦੇ ਫੁੱਲ ਲੱਗੇ ਪੈਣ, ਮਾਸ਼ਾ ਅੱਲਾ ਬਹੁਤ ਜ਼ਬਰਦਸਤ ਹਨ ਸਾਰਾ, ਬਹੁਤ ਵੱਡਾ ਬੂਟਾ ਲੱਗਾ ਪੀਏ ਨਾ ਸਾਰਾ ਦੋਸਤਾਂ ਕੋਲ ਲਿਖਿਆ। ਇਹਨੂੰ ਇਹ ਵੀ ਲੱਗਾ ਪੀਏ, ਇਹ ਵੀ ਉਹ ਕੌਣ ਉਹ, ਇਹ ਅੱਗੇ ਜਿਹੜੀ ਦੋਸਤਾਂ ਕੋਲ ਲਿਖਿਆ ਪਿਆ ਇਹ ਵੱਲ ਇਹਾਂ ਲਈ ਅੰਗੂਰਾਂ ਵਾਲੀ ਵੱਲ ਹੈ। ਇਹ ਸਿੰਧੀ ਬੇਰ ਦੇਖਦੇ ਪਏ ਵੇ, ਸਿੰਧੀ ਬੇਰ ਇਹ ਵੀ ਥੱਲੇ ਛੋਟਾ ਜਿਹੜਾ ਪਿਰਾਸੂ ਥੀ ਆ ਖੜੇ। ਮੈਂ ਕਿ ਚਲੋ ਯਾਰਾਂ ਕੋ ਸਾਰਾ ਹੀ ਆਪਣੇ ਘਰ ਦੇ ਸਾਵਲ ਦਾ ਮਾਹੌਲ ਦਿਖਾਵਾਂ। ਇਹ ਸਿੰਘਣੇ ਵਾਲਾ ਨਿੱਬੂ, ਇਹ ਵਾਲਾ ਚੈਨ ਵਾਲਾ ਨਿੱਬੂ ਜਿਹੜਾ ਦੋਸਤਾਂ ਕੋ ਪਹਿਲੇ ਦਿਖਾਏ ਮੈਂ, ਇਹ ਜਹਾਂ ਕੋ ਪੱਟੇ ਸੇ ਅਸਾਂ ਲਾਵਣੇ, ਇਹ ਆਪਣੇ ਇਹ ਲੈਸੂ। ਇਹ ਦਿਲ ਵਾਲੀ ਬੇਲ, ਦਿਲ ਵਾਲੀ ਬੇਲ ਇਹ ਢੀਕ ਸਾਰੇ ਮੈਂ ਖੇਡਣਾ ਹਾਂ ਵੀ ਇਹ ਲੈ ਸੂ। ਇਹ ਸਾਡਾ ਅੰਗੂਰ, ਮਾਸ਼ਾ ਅੱਲਾ ਅੰਗੂਰ ਵੀ ਬਹੁਤ ਜ਼ਬਰਦਸਤ ਹੀ ਆਖੜੇ। ਅਤੇ ਇਹ ਹੈ ਨਿੱਬੂ ਸਿੰਘਣੇ ਵਾਲਾ ਜਿਹੜਾ ਤੁਹਾਨੂੰ ਮਾਤਾ ਪਿਆ, ਸਿੰਘਣੇ ਵਾਲਾ ਨਿੱਬੂ ਹੈ ਸਾਡਾ, ਇਹ ਫੁੱਲ ਨੱਪੀ ਖੜੇ। ਦੁਆ ਕਰੋ ਕਿ ਅੱਲਾ ਦੇ ਹੁਕਮ ਨਾਲ ਇਹ ਸਾਕੋ ਫਲ ਦੇ ਸੀ ਅੱਲਾ ਦੇ ਹੁਕਮ ਨਾਲ, ਕਿਉਂਕਿ ਇਹ ਫਲ ਜਿਹੜੇ ਨੱਪੀ ਖੜੇ। ਇਹ ਹੈ ਅਨਾਰ, ਮਾਸ਼ਾ ਅੱਲਾ ਬਹੁਤ ਜ਼ਬਰਦਸਤ ਹੀ ਆਖੜੇ, ਅੱਲਾ ਪਾ ਕੇ ਕੋ
ਜਲਦੀ ਜਲਦੀ ਇਹਦੇ 'ਤੇ ਫਲ ਆਵੇ ਅਤੇ ਸਾਰਿਆਂ ਦੋਸਤਾਂ ਤੋਂ ਬਾਅਦ ਮੈਂ ਵੀਡੀਓ ਇਹਨੂੰ ਵੀ ਸਾਂ ਅੰਗੂਰ ਲਈ ਪਾਇਆ। ਇਹ ਇਹ ਜਾਲੀ ਦੇ ਉੱਤੇ ਚੜ੍ਹਈ ਪਾਇਆ, ਇਹ ਆਉਂਦਾ ਪਾਏ, ਇਹ ਕੋਏ ਇਹਦੇ 'ਤੇ ਗਿਣ ਆਇਆ। ਚਲੋ ਮੈਂ ਆ ਕੇ ਦੋਸਤਾਂ ਕੋਲ ਇਹ ਦਾ ਵੀ ਉਹ ਦਿਖਾਵਾਂ ਸਾਵਲ ਦਾ, ਕਿਉਂਕਿ ਇਹ ਅਨਾਰ ਸਾਡਾ ਇਹ 'ਤੇ ਝੁੱਕਾ ਪਾਏ, ਇਹਦੇ 'ਤੇ ਮਾਸ਼ਾਅੱਲਾ ਬਹੁਤ ਸੋਹਣਾ ਫਲ ਲੱਗਾ ਪਾਏ। ਦੇਖਦੇ ਪਏ ਇਹ ਸਾਰੇ ਇਹ ਰੱਤੇ ਰੱਤੇ ਜਿਤਨੇ ਫੁੱਲ ਲੈਣ ਨਾ, ਇਹ ਸਾਰੇ ਇਹਨਾਂ ਦੇ ਉੱਤੇ ਅਨਾਰ 'ਚ ਸੀ। ਇਹ ਜੰਮੂ ਅਤੇ ਜੰਮੂ ਵੀ ਹੁਣ ਇਸਤਾ ਇਸਤਾ ਆਪਣੇ ਬਰਕ ਕੱਢੀਆਂ ਦੇ ਅੱਲਾ ਦੇ ਹੁਕਮ ਨਾਲ ਇਹ ਵੀ ਥੀ ਸੀ ਦੇ ਵੀ ਸਾਰੇ ਅਮਾਉਣੀ ਸੜ ਰੱਖੇ ਹਨ। ਕੇਸ਼ੇ ਭਿੰਡੀਆਂ ਇੱਕ ਵਾਰ ਬੂਟੀਏ, ਜੇ ਕੋਈ ਐਲਵੇਰਾ ਸਦੇਣੇ ਹੈ, ਇਹ ਸਾਡਾ ਅਨਾਰ ਅਤੇ ਹੁਣ ਅਸਾਂ ਲੈਂਦੇ ਪਏ ਅੱਲਾ ਦੇ ਹੁਕਮ ਨਾਲ ਅਸਾਂ ਆਪਣਾ ਉਹ ਜੈਸ਼ ਤੋਂ ਦਿਖਾਈ ਹੈ ਉਹ ਕਲਮਾ ਲੈਂਦੇ ਹਾਂ ਅਤੇ ਬਾਅਦ ਦੋਸਤਾਂ ਕੋਲ ਦਿਖਾਉਂਦਾ ਮਾਹੌਲ ਯਾਰੋ ਝਾ, ਕਿਉਂਕਿ ਇਹ ਪਹਿਲੇ ਮਿੱਟੀ ਬੜਾਵਣੀ ਪਾਉਂਦੀ ਹੈ। ਮਿੱਟੀ ਬੜੇ ਸੂੰ ਜਿਸ ਟਾਈਮ ਮਿੱਟੀ ਜ਼ਬਰਦਸਤ ਕਿਸਮ ਦੀ ਮਿਕਸ ਥੀ ਵੇ ਅਸੀਂ ਵੱਧ ਅਸਾਂ ਲੈ ਸੂੰ ਕਲਮਾ ਵੱਧ ਲੈ ਸੂੰ ਉਹ ਪਾਣੀ, ਕਿਉਂਕਿ ਇਹ ਜ਼ਰੂਰੀ ਹੈ ਪਹਿਲੇ ਕਿ ਅਸਾਂ ਇਹਦੀ ਸੈਟਿੰਗ ਕਰੂੰ ਖਾਮ ਖਾ। ਹੁਣ ਅਸਾਂ ਲੈਂਦੇ ਪਏ ਅੱਲਾ ਦੇ ਹੁਕਮ ਨਾਲ ਇੱਕ ਅਤੇ ਇਹ ਡੂ ਇਹ ਤਰਾਏ ਇੱਕ ਸਾਰੇ ਗਿਣਿਆ। ਮੈਂ ਕਿ ਚਲੋ ਕੈਮਰਾ ਕੋ ਵੀ ਦੇ ਸੂ, ਜਿਹੜਾ ਸ਼ੌਕ ਰੱਖੀ ਇਹਨਾਂ ਦਾ ਉਹ ਕੋ ਵੀ ਦੇ ਸੂ ਅਤੇ ਅਸਾਂ ਹੀ ਲਾ ਕੇ ਦੱਸੋ, ਅਸਾਂ ਹੀ ਲੈ ਸੂ ਅਤੇ ਅੱਲਾ ਦੇ ਹੁਕਮ ਨਾਲ ਕੈਮਰਾ ਕੋ ਵੀ ਸ਼ੌਕ ਵਾਲੇ ਕੋ ਦੇ ਸੂ। ਇਹ ਹੈ ਸਾਡੇ ਕਲਮਾ, ਅਸਾਂ ਲੈ ਸੂ ਇਹਕੋ ਅੱਲਾ ਦੇ ਹੁਕਮ ਨਾਲ ਅਸਾਂ ਇਹਦੇ ਵਿੱਚ ਹਿਕ ਦੀ ਜਾ ਅਤੇ ਡੂ ਲੈ ਸੂ। ਬਈ ਕੈਰੀ ਲੈ ਸੂ ਇਹ ਲਾਉਂ ਚਾਹ ਜਾਂ ਇਹ ਲਾਉਂ ਚਾਹ ਜਾਂ ਇਹ ਲਾਉਂ ਇਹ ਵਾਲੀ ਸਹੀ ਹੈ, ਇਹ ਲੈਣੇ ਪਾਇਆ ਇੱਥਾਂ ਇਹ ਇੱਥਾਂ ਲੈ ਸੂ। ਇਹ ਸਾਡੇ ਡੂ ਗਾਇਨ ਲੱਗ ਇੱਥਾਂ ਨਾ ਯਾਰੋ, ਇਹ ਦੇਖਦੇ ਪਏ ਵੇ ਹੁਣ ਅਸਾਂ ਇਹਨਾਂ ਕੋਲ ਲੈ ਸੂ ਅੱਲਾ ਦੇ ਹੁਕਮ ਨਾਲ ਪਾਣੀ ਅਤੇ ਇਹਨਾਂ ਡੂ ਕੋ ਲੈ ਸੂ ਡੂ ਬੀਆਂ ਲੈ ਸੂ ਇੱਥੇ ਇਹਨਾਂ ਡੂ ਕੋ ਇਹ ਸਾਡੇ ਡੂ ਲੱਗ ਗਏ ਬੀਆਂ ਡੂ ਲੈ ਸੂ ਪਰਲੇ ਪਾਸੂ ਲੈਂਦੇ ਪਏ ਪਾਣੀ ਇਹਨਾਂ ਕੋ ਵੱਧ ਲਿਖਿਆ ਨਾ। ਇਹ ਦੇਖਦੇ ਪਏ ਵੇ ਇਹ ਨਿੰਬੂ ਚਾਹੀ ਖੜੇ ਨਿੰਬੂ ਸਾਡਾ ਮਾਸ਼ਾਅੱਲਾ ਬਹੁਤ ਸੋਹਣੇ ਨਿੰਬੂ ਹਨ। ਇਹ ਪਾਸੋਂ ਵੀ ਯਾਰੋ ਲਾ ਦਿੱਤੀ ਹੈ, ਕਿਉਂਕਿ ਅਸਾਂ ਇਹਨਾਂ ਕੋਲ ਚੜੇ ਸੂੰ ਇਵੇਂ ਉੱਤੇ ਕੰਮ ਦੇ ਉੱਤੇ ਉਹ ਕਿੱਕਰ ਦੇ ਉੱਤੇ ਅੱਲਾ ਦੇ ਹੁਕਮ ਨਾਲ ਜੰਮ ਸਨ ਅਤੇ ਇਹਨਾਂ ਕੋਲ ਕੰਮ ਦੇ ਉੱਤੇ ਗਿਣਵੇ ਸੂੰ। ਇਹ ਪਾਸੋਂ ਹੀ ਲਾ ਦਿੱਤੇ ਨੇ ਅਤੇ ਇਹ ਪਾਸੋਂ ਹੀ ਤੁਹਾਨੂੰ ਲਿਖਾਇਮ ਪਹਿਲੂ ਜੇ ਇਹ ਪਾਸੋਂ ਹੀ ਡੂ ਲੈਮ ਉਹਨੂੰ ਲੈਮ ਤਰਾਏ ਇਹਨੂੰ ਡੂ ਇਹਨੂੰ ਹੀ ਬਈ ਇੱਕ ਲੈਣੇ ਆਏ ਚ ਸਬਰ ਕਰੋ ਬਾਤ ਦੇਖ ਇਹ ਇਹਨੂੰ ਵੀ ਹੁਣ ਤ੍ਰੀਜੀ ਵੀ ਲਾ ਦਿੱਤੀ ਹੈ ਤਰਾਏ ਇੱਥਾਂ ਅਤੇ ਤਰਾਇਓ ਉਹਨੂੰ ਪਾਸਵੋ ਔਰ ਇਸਦੇ ਪੰਨ ਸਾਹਮਣੇ ਅਤੇ ਤਰਾਏ ਇਹ ਦੇਖ ਸਾਰੇ ਵੀ ਵਾਰ ਦੁਆ ਕਰਾਏ ਜੋ ਅੱਲਾ ਦੇ ਹੁਕਮ ਨਾਲ ਇਹ ਸਾਰੇ ਨਿਕਲ ਆਵੇਨ ਅਤੇ ਇਨਸ਼ਾ ਅੱਲਾ ਅੱਲਾ ਦੇ ਹੁਕਮ ਇਹਨਾਂ ਕੋਲ ਪਾਣੀ ਵੀ ਲੈਂਦੇ ਪਏ ਇਹਨਾਂ ਕੋਲ ਪਾਣੀ ਇਹ ਇਤਨਾ ਹੀ ਲਾਵਣੇ ਜ਼ਿਆਦਾ ਇਹਨਾਂ ਕੋਲ ਪਾਣੀ ਨਹੀਂ ਦੇਵਣਾ ਬਸ ਇਹ ਥੋੜ੍ਹੇ ਜਿਹਾ ਉਹ ਥੀ ਵਜਨ ਇੱਕ ਇੱਕ ਡੱਬਾ ਬਾਬਾ ਬਾਅਦ ਹੀ ਜਿਹਨਾਂ ਕੋਲ ਬੀਆਸ ਪਾਣੀ ਇਹਨਾਂ ਕੋਲ ਲਾਵਣਾ ਹੋ ਸੀ ਉਹ ਇਨਸ਼ਾ ਅੱਲਾ ਬਾਅਦ ਬਾਅਦ ਹੀ ਲੈ ਸੂ ਅਤੇ ਅੱਲਾ ਦੇ ਹੁਕਮ ਨਾਲ ਸਾਡੇ ਅੱਜ ਬੂਟੇ ਲੱਗ ਗਏ ਅਤੇ ਜਿੰਨੇ ਵੀ ਦੋਸਤ ਸਾਡੇ ਚੈਨਲ ਦੇ ਉੱਤੇ ਨਵੇਂ ਹਨ ਉਹਨਾਂ ਸਾਰਿਆਂ ਦੋਸਤਾਂ ਕੋਲ ਰਿਕੁਐਸਟ ਹੈ ਸਾਡੇ ਚੈਨਲ ਕੋਲ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ, ਮਿਹਰਬਾਨੀ ਦੋਸਤ।